ਮੇਰੇ ਜਿਹੜੇ ਦਾਦਾ ਪੜਦਾਦਾ ਰਹਿਣ ਵਾਲੇ ਸ਼ੇਖੂਪੁਰਾ ਜਿੱਦੇ ਕੋਟ ਦੇ। ਹਾਂ ਹਾਂਜੀ, ਕਿਹੜੀ ਜਗ੍ਹਾ ਤੋਂ ਆਏ ਆ? ਅਸੀਂ ਇੰਗਲੈਂਡ ਤੋਂ ਆਏ ਜੀ, ਬ੍ਰਿਸਟਲ ਤੋਂ। ਅੱਛਾ, ਤਾਂ ਹੀ ਇੰਨੇ ਚਿੱਟੇ ਆ? ਚਿੱਟੇ ਨਹੀਂ ਸੀ, ਚਿੱਟੇ ਸ਼ੁਰੂ ਤੋਂ ਸੀਗੇ ਮਾੜੇ ਮਾੜੇ। ਆਹੋ, ਅੱਜ ਤੋਂ 7-8 ਸਾਲ ਪਹਿਲੇ ਯੂਥ ਨਹੀਂ ਹੁੰਦਾ ਸੀਗਾ, ਤੁਸੀਂ ਵੀ ਸ਼ਾਇਦ ਉਦੋਂ ਕਵਰ ਕਰਦੇ ਹੋਵੋਗੇ। ਇਸ ਸਾਲ ਤੁਸੀਂ ਦੇਖੋ, ਪਿਛਲੇ 2-4 ਸਾਲ ਤੋਂ ਯੂਥ ਆਉਣਾ ਸ਼ੁਰੂ ਹੋਇਆ, ਨੌਜਵਾਨ ਮੁੰਡੇ ਆਉਣੇ ਸ਼ੁਰੂ ਹੋਏ ਨੇ। ਭਾਅ ਜੀ ਕਮਾਲ, 15-15 ਸਾਲ ਦੇ ਬੱਚੇ ਆਉਣੇ ਸ਼ੁਰੂ ਹੋ ਗਏ ਨੇ। ਇਹ ਪੰਜਾਬੀ ਨੇ ਜਿਨ੍ਹਾਂ ਨੇ ਬਾਹਰ ਜਾ ਕੇ ਟਰਾਂਸਪੋਰਟ 'ਤੇ ਕਬਜ਼ਾ ਕੀਤਾ, ਪਾਰਲੀਮੈਂਟ 'ਚ ਜਾ ਕੇ ਕਬਜ਼ਾ ਕੀਤਾ, ਹਰ ਪਾਸੇ ਪੰਜਾਬੀ ਛਾਏ ਹੋਏ ਨੇ, ਚਾਹੇ ਉਹ ਪਾਕਿਸਤਾਨ ਦੇ ਹੋਣ, ਚਾਹੇ ਉਹ ਹਿੰਦੁਸਤਾਨ ਦੇ ਹੋਣ। ਅਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ, ਮੈਂ ਨਾਸਰ ਕਿਸਾਨਾ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ। ਅਤੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਔਰ ਮੁਖਤਲਿਫ ਵਿਦੇਸ਼ਾਂ ਦੇ ਵਿੱਚੋਂ, ਦੇਸ਼ਾਂ ਵਿਦੇਸ਼ਾਂ 'ਚੋਂ ਆਏ ਹੋਏ ਸਾਡੇ ਪ੍ਰਾਹੁਣੇ ਸਾਡੇ ਨਾਲ ਮੌਜੂਦ ਆ। ਇਹਨਾਂ ਕੋਲੋਂ ਇਹਨਾਂ ਦੇ ਨਾਂ ਪੁੱਛਦੇ ਹਾਂ, ਇਹਨਾਂ ਦੇ ਟਿਕਾਣੇ ਪੁੱਛਦੇ ਹਾਂ ਵੀ ਕਿੱਥੋਂ ਆਏ ਆ ਔਰ ਪਾਕਿਸਤਾਨ 'ਚ ਇਹ ਅਗਰ ਇੱਥੋਂ ਉਹਨਾਂ ਦੇ ਬੜੇ ਗਏ ਆ ਤਾਂ ਕਿਹੜੀ ਜਗ੍ਹਾ ਤੋਂ ਗਏ ਆ ਜੀ? ਪਹਿਲੇ ਤਾਂ ਤੁਹਾਨੂੰ ਵੈਲਕਮ ਕਰਦਾ ਜੀ। ਆਪਣਾ ਨਾਂ ਦੱਸੋ ਕੀ ਹੈ ਜੀ? ਹਰਜਿੰਦਰ ਸਿੰਘ। ਅੱਛਾ ਹਾਂਜੀ, ਕਿਹੜੀ ਜਗ੍ਹਾ ਤੋਂ ਆਏ ਆ? ਅਸੀਂ ਇੰਗਲੈਂਡ ਤੋਂ ਆਏ ਜੀ, ਬ੍ਰਿਸਟਲ ਤੋਂ। ਅੱਛਾ, ਤਾਂ ਹੀ ਇੰਨੇ ਚਿੱਟੇ ਆ? ਚਿੱਟੇ ਨਹੀਂ ਸੀ, ਚਿੱਟੇ ਸ਼ੁਰੂ ਤੋਂ ਸੀਗੇ ਮਾੜੇ ਮਾੜੇ। ਆਹੋ, ਹੋਰ ਸੁਣਾਓ। ਬਸ ਬਸ, ਸ਼ੁਕਰ। ਇੰਡੀਆ ਵਿੱਚੋਂ ਮਤਲਬ ਕਿਹੜੀ ਜਗ੍ਹਾ ਤੋਂ? ਇੰਡੀਆ ਜ਼ਿਲ੍ਹਾ ਜਲੰਧਰ ਸਾਡਾ, ਨਕੋਦਰ ਸੀਲ ਆ, ਦੁਆਬੀ ਅਸੀਂ। ਪਿੰਡ ਕਿਹੜਾ ਜੀ ਆਪਣਾ? ਟੁਰਨਾ ਪਿੰਡ। ਅਰੇ, ਟੁਰਨਾ ਦੇ ਆ ਤੁਸੀਂ? ਹਾਂਜੀ ਹਾਂਜੀ। ਅੱਛਾ ਅੱਛਾ ਅੱਛਾ, ਇਹ ਪੈਂਦਾ ਤੁਹਾਡਾ ਲੋਹੀਆਂ ਖਾਸ ਦੇ ਨਾਲ ਪਿੰਡ ਪੈਂਦਾ ਡਲਦੇ ਨਾਲ। ਸਾਡੇ ਪਿੰਡ ਇੱਥੇ ਹੈਗੇ ਪਾਕਿਸਤਾਨ ਟੁਰਨੇ ਦੇ ਵੀ। ਅੱਛਾ, ਹਾਂ। ਇੱਕ ਤੁਹਾਡੇ ਉੱਥੇ ਵਲੌਗਰ ਆ, ਪਤਾ ਨਹੀਂ ਉਹਦਾ ਨਾਂ ਵੀ, ਉਹ ਵੀ ਕੋਈ ਟੁਰਨਾ ਆ? ਉਹ ਬਲਵਿੰਦਰ ਸਿੰਘ ਟੁਰਨਾ, ਉਹ ਆਪਣਾ ਨਹੀਂ ਨਹੀਂ ਫਾਜੇਵਾਲ ਨਾਲ ਪਿੰਡ, ਉਹਦਾ ਉਹ ਟੁਰਨਾ ਹੈਗਾ। ਅੱਛਾ, ਉਹ ਵੀ ਟੁਰਨਾ ਹੈਗਾ? ਉਹ ਟੁਰਨਾ ਹੈਗਾ, ਮੈਂ ਸੈਂਬੀ ਹਾਂ, ਸਰਾ ਸੈਂਬੀ। ਅੱਛਾ ਅੱਛਾ, ਹਾਂ। ਤੇ ਆਪਣੇ ਇੱਥੇ ਬੜੇ ਪਾਕਿਸਤਾਨ 'ਚ ਸੀਗੇ? ਨਹੀਂ, ਸਾਡੇ ਅਸੀਂ ਬੇਸਿਕ ਉੱਧਰ ਦੇ ਹੀ ਹੈਗੇ ਹਾਂ। ਅੱਛਾ, ਸਾਡੇ ਜੋ ਮੈਂ ਸਾਲ ਦਾ ਸੀਗਾ ਜਾਂ ਸਾਡਾ ਪੈਦਾਇਸ਼ ਹੋਈ ਹੈ ਕਿ ਸਾਡੇ ਫਾਦਰ ਸਾਹਿਬ ਇੱਥੇ ਮੰਡੀ ਚਿਸ਼ਤੀਆਂ ਕੰਮ ਕਰਨ ਆਏ ਸੀਗੇ, ਅਤੇ ਉੱਥੇ ਫਿਰ ਦੁਕਾਨ ਤੋਂ ਸੀ ਉਹਨਾਂ ਦੀ, ਅਤੇ ਅਸੀਂ ਸਾਰ ਉੱਥੇ ਰਹਿ ਛੇ 6-7 ਮਹੀਨੇ, ਫਿਰ ਰੌਲੇ ਪੈਣ ਤੋਂ ਕੋਈ 8-10 ਮਹੀਨੇ ਪਹਿਲਾਂ ਸ਼ਿਫਟ ਹੋਏ ਸੀ। ਕੋਈ ਕੰਮ ਕਰਨ ਆਏ ਤਾਂ ਬੇਸੀ ਬੱਚਾ ਜੀ ਸਾਰ ਖੰਡ ਆ ਕੇ ਨਾ, ਅਤੇ ਉਹ ਫਿਰ ਸਾਨੂੰ ਪਰੋਂ ਕੋਈ ਆਉਣ ਜਾਣ ਦੀ ਹੋਈ, ਅਤੇ ਫਿਰ ਉਹ ਚਲੇ ਗਏ ਸੀਗੇ। ਅੱਛਾ, ਮੇਰਾ ਜਨਮ ਪਾਕਿਸਤਾਨ ਬਣਨ ਤੋਂ 2-2.5 ਸਾਲ ਪਹਿਲਾਂ ਹੋਇਆ ਹੈਗਾ। ਮੈਂ 45 ਦਾ ਜਨਮ ਮੇਰਾ ਹੈਗਾ, ਪਰ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। 2 ਸਾਲ ਸ਼ਬਦ ਹੈ। ਹਾਂ ਹਾਂ, ਬਸ ਸੁਣਿਆ ਕੀ ਸੀ? ਸੁਣਦਾ ਬਹੁਤ ਕੁਛ ਸੀ ਅਸੀਂ ਜੀ। ਅੱਛਾ, ਕਿ ਸਾਡੇ ਪਿੰਡ ਜੈਲਦਾਰ ਸੀ ਚੱਕ ਸੰਤਾਲੀ ਲਾਲਪੁਰ ਦੇ, ਉਹ ਨਾ ਚੰਗੀ ਸੀ, ਜਾਣ ਲੱਗੇ ਕਿਤੇ ਜਾਣਾ, ਉਹ ਤਾਂ ਜਾਣਾ ਪੈਣਾ ਜਾਂ ਮੁਸਲਮਾਨ ਬਣੋ ਜਾਂ, ਉਹ ਕਹਿੰਦੇ ਨਹੀਂ ਜੈਲਦਾਰ ਸੀ ਚੰਗਾ, ਉਹ ਫਿਰ ਚੰਗੀ ਲੜਾਈ ਲੰਮੀ ਚੋੜੀ ਲੜਾਈ ਹੋਈ ਸੀ ਇੱਥੇ। ਅੱਛਾ, ਦੂਰੋਂ ਫਿਰ ਫਤਿਹ ਕਰਨ ਆਇਆ ਚੱਕ ਨੂੰ, ਫਿਰ ਉਹ ਮਾਰੇ ਮੁਰ ਗਏ ਸੀਗੇ। ਉਹਨੇ 2 ਬੱਚੇ ਸੀਗੇ, ਪ੍ਰਤਾਪ ਸਿੰਘ ਅਤੇ ਕੁੜੀ ਸੀਗੇ, ਅਤੇ ਉਹ ਫਿਰ ਪਹੁੰਚ ਗਏ ਲਾਗ ਸ਼ਾਗ ਪਿੰਡਾਂ ਦੇ, ਉੱਥੇ ਫਿਰ ਉਹ ਪਿੰਡ ਆ ਗਏ। ਹੁਣ ਉੱਥੋਂ ਦੇ ਆ ਗਏ ਜੈਲਦਾਰੀ ਸਰਪੰਚ ਆ ਗਏ। ਅਤੇ ਯੂਕੇ ਹੁਣ ਕਿਹੜੀ ਜਗ੍ਹਾ ਰਹਿ ਰਹੇ ਹੋ? ਕਿਹੜੇ ਯੂਕੇ? ਅਸੀਂ ਬ੍ਰਿਸਟਲ ਸ਼ਹਿਰ 'ਚ ਰਹਿੰਦੇ, ਬ੍ਰਿਸਟਲ ਸਾਊਥ ਵੈਸਟ ਹੈ। ਜ਼ਿਆਦਾ ਉੱਥੇ ਪੰਜਾਬੀ ਰਹਿੰਦੇ? ਸਭ ਪੰਜਾਬੀ ਆ, ਪੰਜਾਬੀ ਸਾਊਥ ਪੰਜਾਬੀ ਹੈਗੇ ਆ, ਬ੍ਰਿਮਿੰਗ ਪੰਜਾਬੀ ਹੈਗੇ ਆ, ਸਭ ਪੰਜਾਬੀ ਬਹੁਤ ਜ਼ਿਆਦਾ ਆਪਣੇ ਹੈਗੇ।
ਇੰਡੀ ਪਾਸੇ ਮਿਲਾ ਕੇ ਜਿਹਦਾ ਕੋਈ ਪਾਕਿਸਤਾਨੀ ਬਹੁਤ ਹੈ ਬ੍ਰਿਸਟਲ ਚ ਪਾਕਿਸਤਾਨੀ ਬਹੁਤ ਪਾਕਿਸਤਾਨੀ ਦੇਖੋ ਜੀ ਅਸੀਂ ਪੰਜਾਬੀ ਆ ਚਾਹੇ ਪਾਕਿਸਤਾਨ ਚ ਸਾਰੇ ਪੰਜਾਬੀ ਬਹੁਤ ਗਿਣਤੀ ਅਸੀਂ ਉੱਥੇ ਹੈਗੇ ਆ ਬਹੁਤ ਗਿਣਤੀ ਹੈਗੇ ਆ ਅੱਛਾ ਇੱਕ ਚੀਜ਼ ਦੱਸੋ ਮੈਨੂੰ ਆਪਾਂ ਜਿੱਦਾਂ ਹੁਣ ਤੁਸੀਂ ਜਿੰਨੇ ਵੀ ਪੰਜਾਬ ਚੜ੍ਹਦੇ ਦੇ ਹੋਏ ਜਾਂ ਲੈਂਦੇ ਦੇ ਬਹੁਤ ਸਾਰੇ ਮੁਲਕਾਂ 'ਚ ਆਪਣੇ ਝੰਡੇ ਗੱਡੇ ਹੋਏ ਆ ਕਾਮਯਾਬ ਆ ਜ਼ਿਮੀਦਾਰੇ ਨੂੰ ਲੈ ਕੇ ਦੇਖ ਲਓ ਫਾਰਮਿੰਗ ਜਾਂ ਟਰੈਕਿੰਗ ਦਾ ਬਿਜ਼ਨਸ ਦੇਖ ਲਓ ਤੇ ਇਹ ਅਗਰ ਆਪਾਂ ਆਪਣੇ ਪੰਜਾਬ 'ਚ ਰਹਿੰਦੇ ਹੋਏ ਆ ਇੰਨੀ ਮਿਹਨਤ ਜਾਂ ਇਸ ਤਰ੍ਹਾਂ ਚਾਹੀਏ ਵੀ ਅਸੀਂ ਇਹਨੂੰ ਸੋਨੇ ਦੀ ਚਿੜੀ ਬਣਾਉਣਾ ਤਾਂ ਬਣਾ ਸਕਦੇ ਹਾਂ ਬਣਾ ਸਕਦੇ ਪਰ ਜੇ ਜੇ ਸਾਡੇ ਉੱਪਰਲੀ ਉੱਪਰੀਆਂ ਨਾ ਸਰਕਾਰਾਂ ਉਹਨਾਂ ਨੇ ਪੋਲਿਸੀ ਬਣਾਈ ਹੋਈ ਸਾਡੇ ਪੰਜਾਬ ਕੋਈ ਪੈਕੇਜ ਦਿੰਦੇ ਕੋਈ ਪੈਕੇਜ ਦਿੰਦੇ ਹਿਮਾਚਲ ਨੂੰ ਪੈਕੇਜ ਦਿੰਦੇ ਪਹਾੜੀ ਰੀਜ ਕਰਕੇ ਹਰਿਆਣੇ ਵਧਾਈ ਜਾਂਦੇ ਹੈ ਜਾਂ ਪੰਜਾਬ ਕੱਢਿਆ ਹੈਗਾ ਇਹਨਾਂ ਨੇ ਹੋਰ ਦੇਣਗੇ ਅਤੇ ਜੀ ਐਸ ਟੀ ਪੰਜਾਬ ਜਾਂਦੀ ਹੈ ਉਹ ਨਹੀਂ ਮਿਲਦੀ ਇਹਨਾਂ ਨੂੰ ਹੋਰ ਸਾਰੀ ਲੱਗ ਜਾਂਦੀ ਹੈਗੀ ਤੁਸੀਂ ਤਰੱਕੀ ਯਾਫਤਾ ਮੁਲਕਾਂ ਵਿੱਚ ਤੁਸੀਂ ਇਹ ਦੱਸੋ ਵੀ ਕਿਹੜੀ ਪੋਲਿਸੀ ਹੋਣੀ ਚਾਹੀਦੀ ਆ ਜਿਹਦੇ ਨਾਲ ਅਸੀਂ ਲਹਿੰਦੇ ਚੜ੍ਹਦੇ ਦੇ ਜਿਹੜੇ ਨੇੜੇ ਵੀ ਆ ਪੋਲਿਸੀਆਂ ਦੇ ਫਾਇਦੇ ਵੀ ਲਈਏ ਪੈਸੇ ਸਭ ਨੂੰ ਪਤਾ ਉੱਥੇ ਸਭ ਪਤਾ ਜਿਹੜੇ ਜਿੰਨੇ ਬੰਦੇ ਆ ਕੰਮ ਕਰਨ ਵਾਲੇ ਪੋਲੀਟੀਸ਼ੀਅਨ ਜਾ ਕੇ ਸਭ ਪਤਾ ਹੈਗਾ ਪਰ ਉਹ ਉਹ ਕਰਦੇ ਉਹਨੇ ਜੇਬ ਨਹੀਂ ਭਰਦੇ ਆਪਣੀ ਹਾਂ ਜੇਬ ਨਹੀਂ ਭਰਦੇ ਉਹ ਕਹਿੰਦਾ ਨੇਤਾ ਕਹਿੰਦਾ ਹੋਇਆ ਕਹਿੰਦੇ ਆਪਣਾ ਘਰ ਭਰੇ ਫਿਰ ਦੂਜੇ ਸੋਚੇ ਉਹ ਨੇਤਾ ਅੱਛਾ ਜੀ ਆਪਣਾ ਕੀ ਨਾਮ ਆ ਜੀ ਮੇਰਾ ਨਾਮ ਮਨਦੀਪ ਸਿੰਘ ਹੈਗਾ ਜੀ ਅੱਛਾ ਕਿਹੜੀ ਜਗ੍ਹਾ ਤੋਂ ਆਏ ਅਸੀਂ ਆਏ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਹਾਂਜੀ ਹਾਂਜੀ ਵਾਹ ਸ਼ੁਰੂ ਤੋਂ ਚੰਡੀਗੜ੍ਹ ਦੇ ਰਹਿਣ ਵਾਲੇ ਨਹੀਂ ਸ਼ੁਰੂ ਤੋਂ ਨਹੀਂ ਵੈਸੇ ਮੇਰਾ ਕੁਰਕਸ਼ੇਤਰ ਹੈ ਜਿੱਥੇ ਮੇਰਾ ਜਨਮ ਹੋਇਆ ਮੇਰੇ ਜਿਹੜੇ ਦਾਦਾ ਪੜਦਾਦਾ ਰਹਿਣ ਵਾਲੇ ਸ਼ੇਖੂਪੁਰਾ ਜਿੱਦੇ ਕੋਟ ਦੇ ਹਾਂ 47 ਦੀ ਵੰਡ ਹੋਈ ਅਤੇ ਉਹਨਾਂ ਨੇ ਫਿਰ ਲੁਧਿਆਣਾ 9 ਕੁ ਮਹੀਨੇ ਰਹੇ ਕਹਿੰਦੇ ਵੀ ਇੱਥੇ ਕੁਛ ਠੀਕ ਹੈ ਨਹੀਂ ਸਾਰੇ ਸਾਰੇ ਰਿਸ਼ਤੇਦਾਰ ਅੱਗੇ ਨੇ ਉਦੋਂ ਹਰਿਆਣਾ ਨਹੀਂ ਹੁੰਦਾ ਸੀ ਪੰਜਾਬ ਹੀ ਹੁੰਦਾ ਸੀ ਸਾਰਾ ਕੰਬਾਈਨ ਹਾਂ ਹਿਮਾਚਲ ਵੀ ਇੱਕ ਹੀ ਹੁੰਦਾ ਸੀ ਹੈ ਨਾ ਲਾਹੌਰ ਪਹਿਲਾਂ ਰਾਜਧਾਨੀ ਫਿਰ ਸ਼ਿਮਲਾ ਲਹਿੰਦਾ ਵੀ ਨਾਲ ਹੀ ਸੀ ਲਹਿੰਦਾ ਵੀ ਨਾਲ ਹੀ ਸੀ ਹੈ ਨਾ ਅਤੇ ਫਿਰ ਉਹ ਕੁਸ਼ੇਤਰ ਮੇਰਾ ਜਿਹੜਾ ਜਨਮ ਹੋਇਆ ਫਿਰ 19 ਕੁ ਸਾਲ ਹੋ ਗਏ ਹੁਣ ਅਸੀਂ ਚੰਡੀਗੜ੍ਹ ਦੇ ਵਿੱਚ ਆਪਣਾ ਕੰਮ ਕਾਰ ਕਰੀਦਾ ਹਾਂਜੀ ਹੁਣ 19 ਸਾਲ ਹੋ ਗਏ ਚੰਡੀਗੜ੍ਹ ਹੀ ਕੰਮ ਕਰਦੇ ਹੁਣ ਹਾਂਜੀ ਹਾਂਜੀ ਚੰਡੀਗੜ੍ਹ ਤਾਂ ਸਾਡੇ ਇਸਲਾਮਾਬਾਦ ਵਰਗਾ ਹੀ ਹੈ ਨਾ ਇਹ ਬਾਅਦ ਦੇ ਵਿੱਚ ਪਲੈਂਡ ਸਿਟੀ ਆ ਐਵੇਂ ਆ ਜੀ ਉਹ ਤਾਂ ਹੈ ਕਿ ਕਿਉਂਕਿ ਉੱਥੇ ਸ਼ਿਵਾਲਿਕ ਦੀ ਪਹਾੜੀਆਂ ਨੇ ਪਹਾੜੀਆਂ ਦੇ ਬਿਲਕੁਲ ਗੋਦ ਦੇ ਵਿੱਚ ਚੰਡੀਗੜ੍ਹ ਨੂੰ ਵਸਾਇਆ ਗਿਆ ਜੋ ਕਿ ਨਹਿਰੂ ਵੱਲੋਂ ਵਸਾਇਆ ਗਿਆ ਸੀਗਾ ਇਸਮਾਲਾਬਾਦ ਵੀ ਇੱਦਾਂ ਕਿਹਾ ਜਾਂਦਾ ਵੀ ਚੰਡੀਗੜ੍ਹ ਵਰਗਾ ਉਹਦਾ ਕਾਰਨ ਇਹ ਹੈ ਕਿ ਉਹ ਵੀ ਪਹਾੜੀਆਂ ਦੀ ਗੋਦ ਦੇ ਵਿੱਚ ਹੈ ਅਤੇ ਚੰਡੀਗੜ੍ਹ ਵੀ ਪਹਾੜੀ ਦੀ ਗੋਦ ਦੇ ਵਿੱਚ ਹੈ ਸਮਾਰਟ ਸਿਟੀ ਹੈ ਸਾਰੀਆਂ ਸਹੂਲਤਾਂ ਨੇ ਐਜੂਕੇਸ਼ਨ ਪੱਖੋਂ ਜਾਂ ਟ੍ਰੈਫਿਕ ਪੱਖੋਂ ਹਰ ਚੀਜ਼ ਦੀ ਸਹੂਲਤ ਬੜੀ ਚੰਗੀ ਹੈਗੀ ਚੰਡੀਗੜ੍ਹ ਦੇ ਵਿੱਚ ਇਹ ਚੰਡੀਗੜ੍ਹ ਦੇ ਵਿੱਚ ਹੀ ਆ ਰੌਕ ਗਾਰਡਨ ਇਹ ਨੇਕ ਚੰਦ ਨੇ ਇੱਦਾਂ ਸੀਗਾ ਜੀ ਉਹਨੇ ਨਾ ਸ਼ੁਰੂਆਤ ਕੀਤੀ ਥੋੜ੍ਹਾ ਥੋੜ੍ਹਾ ਕਰਨ ਦੀ ਉਹ ਕਰਦੇ 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 ਵੱਡਾ ਹੋ ਗਿਆ ਉਹਨੂੰ ਵੀ ਨਹੀਂ ਪਤਾ ਸੀ ਮੈਂ ਇੰਨਾ ਵੱਡਾ ਕਰ ਰਿਹਾ ਵਾਂ ਉਹ ਪਹਿਲੇ ਕੋਈ ਲੀਗਲ ਨਹੀਂ ਸੀਗਾ ਉਹ ਗੌਰਮੈਂਟ ਨੇ ਬਾਅਦ ਚ ਉਹਨੂੰ ਲੀਗਲਾਈਜ਼ ਕਰਤਾ ਫਿਰ ਉਹ ਰੌਕ ਗਾਰਡਨ ਦੀ ਰੂਪ ਦੇ ਵਿੱਚ ਬਣ ਗਿਆ ਪਰ ਹੁਣ ਇੰਨਾ ਵੱਡਾ ਘੱਟੋ ਘੱਟ 3-4 ਘੰਟੇ ਲੱਗਦੇ ਨੇ ਉੱਥੋਂ ਬਾਹਰ ਨਿਕਲਣ ਦੇ ਵਿੱਚ ਇੰਨਾ ਵੱਡਾ ਬਣਾਤਾ ਝਰਨੇ ਵਿੱਚ ਸਾਰਾ ਕੁਛ ਵਿੱਚ ਖਾਣਾ ਪੀਣਾ ਵਿੱਚ ਹਾਂ ਬਹੁਤ ਸੋਹਣਾ ਬਣਾਤਾ ਮੁਕੰਮਲ ਸਿਆਸੀ ਪ੍ਰੋਗਰਾਮ ਜਿਹੜਾ ਬਣਾ ਹਾਂ ਮਤਲਬ ਲੋਕ ਘੁੰਮਣ ਆਉਂਦੇ ਨੇ ਸੈਰ ਸਪਾਟੇ ਕੋਈ ਬੰਬੇ ਤੋਂ ਆ ਰਿਹਾ ਕਲਕੱਤੇ ਤੋਂ ਆ ਰਿਹਾ ਹੈਗਾ ਬੜੇ ਦੂਰੋਂ ਦੂਰੋਂ ਲੋਕ ਟੂਰਿਸਟ ਘੁੰਮਣ ਆਉਂਦੇ ਨੇ ਉੱਥੇ ਅੱਛਾ ਪੁਆਇੰਟ ਬਣ ਗਿਆ ਬਹੁਤ ਖੂਬਸੂਰਤ ਜਗ੍ਹਾ ਹੈਗੀ ਹੈ ਸੁਖਨਾ ਝੀਲ ਹੈ ਬੜੀ ਖੂਬਸੂਰਤ ਜਗ੍ਹਾ ਹੈਗੀ ਹੈ ਰੌਕ ਗਾਰਡਨ 'ਚ ਹੋਰ ਕਿਹੜੀ ਕਿਹੜੀ ਸ਼ਹਿਰ ਰੌਕ ਗਾਰਡਨ ਦੇ ਵਿੱਚ ਤਾਂ ਨਾ ਥੋੜ੍ਹੀ ਕਲਾ ਕੀਤੀ ਹੋਈ ਆ ਜਿਵੇਂ ਮੂਰਤੀਆਂ ਬਣਾਈਆਂ ਹੋਈਆਂ ਨੇ ਪਿੰਗਾਂ ਝੂਲਦੇ ਨੇ ਲੋਕ ਊਂਟ ਨੇ ਵਿੱਚ ਅਤੇ ਝਰਨੇ ਨੇ ਛੋਟੇ ਛੋਟੇ ਤਲਾਅ ਬਣਾਏ ਨੇ ਲੰਘਣ ਵਾਸਤੇ ਛੋਟੇ ਛੋਟੇ ਰਸਤੇ ਹੈਗੇ ਨੇ ਆਸੇ ਪਾਸੇ ਰੋਕ ਦਾ ਮਤਲਬ ਪੱਥਰ ਸਾਰਾ ਪੱਥਰ ਨਾਲ ਹੈ ਵੇਸਟ ਮਟੀਰੀਅਲ ਦੇ ਨਾਲ ਬਣਿਆ ਹੋਇਆ ਰੌਕ ਗਾਰਡਨ ਕਹਾਣੀ ਅਸਲ 'ਚ ਇਹ ਹੈ ਹਾਂਜੀ ਅੱਛਾ ਤੁਸੀਂ ਯੂਥ ਹਾਂ ਡਰਦੀ ਆ ਯੂਥ ਜਿਹੜੀ ਇੱਥੇ ਆਉਣ ਤੋਂ ਅਤੇ ਉਹ ਆਪਣਾ ਕਿੱਦਾਂ ਤੁਹਾਡਾ ਝਾਕਾ ਕਿਵੇਂ ਖੁੱਲ੍ਹਿਆ ਇੱਦਾਂ ਜੀ
ਮੈਂ ਤਾਂ ਸ਼ੁਰੂ ਤੋਂ ਨਹੀਂ ਡਰਿਆ ਹੈਗਾ, ਕਿਉਂਕਿ ਮੇਰੇ ਨਾਨਾ ਜੀ ਇੱਥੇ ਆਉਂਦੇ ਸੀਗੇ, ਉਹ ਹਸਨ ਕੋਟ ਹਸਨ ਖਾਂ ਦੇ ਨੇ, ਮਹੀਨਾ ਮਹੀਨਾ ਰਹਿ ਕੇ ਜਾਂਦੇ ਸੀ, ਉਹ ਬੜੀ ਗੱਲਾਂ ਦੱਸਦੇ ਸੀ ਪਾਕਿਸਤਾਨ 'ਚ ਇੰਝ ਹੁੰਦਾ ਇੰਝ ਹੁੰਦਾ ਇੰਝ ਹੁੰਦਾ ਨਾ। ਅਤੇ ਜਦੋਂ ਅਸੀਂ ਥੋੜ੍ਹੇ ਵਿਦਵਾਨਾਂ 'ਚ ਬਹਿਣਾ ਸ਼ੁਰੂ ਕੀਤਾ, ਕਿਉਂਕਿ ਸਾਡੀ ਬੈਕਗਰਾਊਂਡ ਵੀ ਪੱਤਰਕਾਰੀ ਆ ਮੈਂ ਵੀ, ਹੈ ਨਾ ਜੀ, ਅਤੇ ਜਦੋਂ ਵਿਦਵਾਨਾਂ 'ਚ ਬਹਿਣਾ ਸ਼ੁਰੂ ਕੀਤਾ ਅਤੇ ਉਹ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ, ਉਹ ਪਾਕਿਸਤਾਨ ਹੈ, ਉਦੋਂ ਬਾਅਦ ਉਹ 25 ਕੰਟਰੀਆਂ ਵੀ ਘੁੰਮ ਲਏ। ਅਸਲ 'ਚ ਨਾ ਸਰਕਾਰਾਂ ਦੀ ਇਹਦੇ ਵਿੱਚ ਕੋਈ ਮਾਇੰਡ ਹੈਗਾ, ਮੇਰੇ ਲੱਗਦਾ ਲੋਕਾਂ ਦੇ ਵਿੱਚ ਨਾ ਕਿਸੇ ਗੱਲ ਦੀ ਨਾ ਮਿੱਥ ਬਣ ਜਾਂਦੀ ਹੈ, ਉਹ ਮਿੱਥ ਹੈ ਵੀ ਜੇ ਤੁਸੀਂ ਇੱਧਰ ਚਲੇ ਗਏ ਤਾਂ ਐਂ ਹੋ ਜਾਏਗਾ, ਐਵੇਂ ਹੋ ਜਾਏਗਾ। ਮੇਰੇ ਦਿਮਾਗ 'ਚ ਸ਼ੁਰੂ 'ਚੋਂ ਨਹੀਂ ਸੀਗੀ ਇਹ ਗੱਲ, ਇੱਦਾਂ ਦੀ ਕੋਈ ਗੱਲ ਹੈਗੀ ਸੀ ਵੀ ਉੱਥੇ ਨਾਲ ਇੱਦਾਂ ਹੋ ਜੂ ਇੱਦਾਂ ਹੋ ਜੂਗਾ। ਮੈਂ ਪਿਛਲੇ ਸਾਲ ਵੀਜ਼ਾ ਅਪਲਾਈ ਕੀਤਾ, ਮੇਰਾ ਨਹੀਂ ਲੱਗਾ। ਮੈਂ ਕਿਹਾ ਅਗਲੇ ਸਾਲ ਜਾਣਾ ਹੀ ਜਾਣਾ, ਜੇ ਮਰਜ਼ੀ ਜਾਈਏ। ਅਗਲੇ ਸਾਲ ਅਸੀਂ ਪੂਰੀ ਮਿਹਨਤ ਕੀਤੀ, ਪੂਰੇ ਪ੍ਰੋਪਰ ਤਿਆਰੀ ਨਾਲ ਅਸੀਂ ਆਪਣੀ ਫਾਈਲ ਕੰਪਲੀਟ ਕੀਤੀ, ਅਸੀਂ ਪ੍ਰੋਸੈਸ ਕੀਤਾ, ਅਤੇ ਐਤਕੀ ਸਾਨੂੰ ਉਮੀਦ ਸੀ ਸਾਡਾ ਵੀਜ਼ਾ ਲੱਗ ਜਾਏਗਾ। ਅਤੇ ਯੂਥ, ਦੂਜੀ ਗੱਲ, ਅੱਜ ਤੋਂ 7-8 ਸਾਲ ਪਹਿਲੇ ਯੂਥ ਨਹੀਂ ਆਉਂਦਾ ਸੀਗਾ, ਤੁਸੀਂ ਵੀ ਸ਼ਾਇਦ ਉਦੋਂ ਕਵਰ ਕਰਦੇ ਹੋਵੋਗੇ। ਇਸ ਸਾਲ ਤੁਸੀਂ ਦੇਖੋ ਪਿਛਲੇ 2-4 ਸਾਲ ਤੋਂ ਯੂਥ ਆਉਣਾ ਸ਼ੁਰੂ ਹੋਇਆ, ਨੌਜਵਾਨ ਮੁੰਡੇ ਆਉਣੇ ਸ਼ੁਰੂ ਹੋਏ ਨੇ, ਭਾਅ ਜੀ ਕਮਾਲ 15-15 ਸਾਲ ਦੇ ਬੱਚੇ ਆਉਣੇ ਸ਼ੁਰੂ ਹੋ ਗਏ ਨੇ। ਅਤੇ ਇਹ ਤਾਂ ਮਿੱਥ ਤੋੜਨੀ ਪੈਂਦੀ ਹੈ। ਬਿਲਕੁਲ ਜੀ, ਅਸੀਂ ਬੜਾ ਆਪਣੇ ਚੈਨਲ ਦੇ ਰਾਹੀਂ ਇਹ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇਹ ਵਹਿਮ ਪਾਇਆ ਵੀ ਹੋਰ ਕਿਸੇ ਮੁਲਕ ਦਾ ਵੀਜ਼ਾ ਨਹੀਂ ਲੱਗਣਾ, ਅਸੀਂ ਤਾਂ ਬਹੁਤ ਵੀਡੀਓ ਇਸ ਟੌਪਿਕ 'ਤੇ ਬਣਾ ਚੁੱਕੇ ਹਾਂ। ਸਾਰ ਨਾਲ ਵੱਡਾ ਇਹਦਾ ਮੈਂ ਤੁਹਾਨੂੰ ਦੱਸ ਦਿੰਦਾ ਵਾ ਵੀ ਇਹਦਾ ਭੂਮਿਕਾ ਕਿਹਦੀ ਵੱਡੀ ਰਹੀ ਹੈ। ਜਿਹੜੇ ਯੂਟਿਊਬ ਚੈਨਲ ਨੇ, ਇੰਡੀਪੈਂਡੈਂਟ ਫੇਸਬੁੱਕ ਚੈਨਲ ਨੇ, ਇਹਨਾਂ ਦੀ ਮਿਹਨਤ ਕਰਕੇ ਇੰਨਾ ਸੋਹਣਾ ਕੰਮ ਕੀਤਾ। ਤੁਹਾਡਾ ਚੈਨਲ ਬੜਾ ਸੋਹਣਾ ਕੰਮ ਕਰਦਾ, ਮੈਂ ID ਦੇਖੀ ਹੈ, ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖਵਾਇਆ ਹੈਗਾ, ਇੱਕ ਪਿੰਡ ਪੰਜਾਬ ਦਾ, ਕਮਾਲ ਦੀ ਗੱਲ ਹੈ, ਤਿੰਨੋਂ ਭਾਸ਼ਾਵਾਂ ਦੇ ਵਿੱਚ ਤੁਸੀਂ ਚੈਨਲ ਦੀ ID ਬਣਾਈ ਹੈ। ਇਹ ਇਹਦੇ ਪਿੱਛੇ ਬਾਜੀ ਇੱਕ ਨਾ ਥੋਟ ਪ੍ਰੋਸੈਸ ਹੁੰਦਾ, ਇੱਕ ਸੋਚ ਹੈ, ਇਹ ਪੰਜਾਬ ਹੈ ਨਾ, ਚਾਹੇ ਇਹ ਪਾਕਿਸਤਾਨ ਦਾ ਚਾਹੇ ਉੱਧਰ ਦਾ, ਪੰਜਾਬ ਇੱਕ ਸੋਚ ਹੈਗੀ ਹੈ, ਪੰਜਾਬ ਪੰਜਾਬ ਨਹੀਂ ਹੈਗਾ, ਇਹ ਪੰਜਾਬੀ ਨੇ ਜਿਨ੍ਹਾਂ ਨੇ ਬਾਹਰ ਜਾ ਕੇ ਟਰਾਂਸਪੋਰਟ 'ਤੇ ਕਬਜ਼ਾ ਕੀਤਾ, ਪਾਰਲੀਮੈਂਟ 'ਚ ਜਾ ਕੇ ਕਬਜ਼ਾ ਕੀਤਾ, ਹਰ ਪਾਸੇ ਪੰਜਾਬੀ ਛਾਏ ਹੋਏ ਨੇ, ਚਾਹੇ ਉਹ ਪਾਕਿਸਤਾਨ ਦੇ ਹੋਣ ਚਾਹੇ ਉਹ ਹਿੰਦੁਸਤਾਨ ਦੇ ਹੋਣ। ਦੇਖੋ ਜੀ, ਪੰਜਾਬੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਤਾਰੀਖ ਨੇ ਬਹੁਤ ਕੁਛ ਬਦਲ ਦਿੱਤਾ ਆ, ਲੇਕਿਨ ਫਿਰ ਵੀ ਯੋਧਿਆਂ ਦੀਆਂ ਜਿਹੜੀਆਂ ਕੁਰਬਾਨੀਆਂ, ਉਹਨਾਂ ਦੀਆਂ ਦਲੇਰੀਆਂ, ਉਹਨੂੰ ਖਤਮ ਨਹੀਂ ਕੀਤਾ ਗਿਆ, ਖਤਮ ਕੀਤਾ ਜਾ ਹੀ ਨਹੀਂ ਸਕਦਾ। ਵੰਡ ਲਿਆ ਭਗਤ ਸਿੰਘ ਸਾਡਾ, ਦੂਜਾ ਤੁਹਾਡਾ, ਅਸੀਂ ਤਾਂ ਭਾਜੀ ਪੱਗਾਂ ਦੇ ਰੰਗ, ਟੋਪੀਆਂ ਦੇ ਰੰਗ ਵੰਡ ਲਏ ਆ, ਵੰਡ ਲਏ ਪਹਿਲੇ ਸਾਰਿਆਂ ਨਾਲ, ਪਹਿਲੇ ਪੰਜਾਬ ਤੇ ਬਾਅਦ ਚ ਵੰਡਿਆ ਹੈਗਾ, ਪਹਿਲੇ ਤਾਂ ਭਾਸ਼ਾ ਵੰਡੀ ਗਈ, ਸਾਡੀ ਸ਼ਾਹਮੁਖੀ ਗੁਰਮੁਖੀ ਸਭ ਕੁਛ ਵੰਡਿਆ ਗਿਆ ਸੀ, ਅਸੀਂ ਆਪਣੇ ਆਪ ਨੂੰ ਵੰਡਿਆ। ਅਸੀਂ ਭਾਜੀ ਇਹਦੇ 'ਚ ਆਪਣਾ ਸਾਡਾ ਬੜਾ ਵੱਡਾ ਕਸੂਰ ਹੈ, ਅਸੀਂ ਆਪਣੇ ਬੱਚੇ ਕੋਨਵੈਂਟ ਸਕੂਲ 'ਚ ਭੇਜ ਦਿੰਦੇ ਹਾਂ, ਚਲੋ ਠੀਕ ਹੈ ਭੇਜੋ, ਕੋਈ ਗੱਲ ਨਹੀਂ ਹੈਗੀ, ਅਸੀਂ ਕਹਿੰਦੇ ਸਾਡੇ ਬੱਚੇ ਨੂੰ ਇੰਗਲਿਸ਼ ਹੋਣੀ ਚਾਹੀਦੀ ਹੈਗੀ ਹੈ, ਅਸੀਂ ਪੰਜਾਬੀ ਛੱਡ ਦਿੰਦੇ ਹਾਂ। ਮੇਰੇ ਹਿਸਾਬ ਨਾਲ ਜੇ ਤੁਹਾਡੀ ਆਪਣੀ ਮਾਂ ਬੋਲੀ 'ਚ ਤੁਸੀਂ ਨਿਪੁੰਨ ਨਹੀਂ ਹੋ, ਜਾਂ ਉਹਦੇ ਵਿੱਚ ਤੁਹਾਨੂੰ ਮਾਂ ਬੋਲੀ 'ਚ ਤੁਸੀਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੈਗਾ ਕਿ ਤੁਸੀਂ ਇਹ ਭਾਸ਼ਾ ਤੁਹਾਡੇ ਕੋਲ ਆਉਂਦੀ ਆ ਨਹੀਂ ਆਉਂਦੀ, ਜੇ ਤੁਹਾਨੂੰ ਮਾਂ ਬੋਲੀ ਆਉਂਦੀ ਹੈ ਤੁਸੀਂ ਆਪਣੇ ਕਰੀਅਰ ਦੇ ਵਿੱਚ ਵੀ ਤਾਂ ਹੀ ਕਾਮਯਾਬ ਹੋ ਸਕਦੇ ਹੋ ਜੇ ਤੁਹਾਨੂੰ ਆਪਣੀ ਮਾਂ ਬੋਲੀ ਆਉਂਦੀ ਹੈ, ਤੁਸੀਂ ਬਾਕੀ ਭਾਸ਼ਾ ਵੀ ਤਾਂ ਹੀ ਸਿੱਖ ਸਕਦੇ ਹੋ ਚੰਗੇ ਤਰੀਕੇ ਦੇ ਨਾਲ। ਭਾਜੀ ਅਗਰ ਆਪਾਂ ਪੰਜਾਬੀ ਦੀ ਗੱਲ ਕਰੀਏ, ਮਾਂ ਬੋਲੀ ਦੀ ਗੱਲ ਕਰੀਏ, ਤਾਂ ਇਹ ਯਕਦਮ ਤਾਂ ਨਹੀਂ ਖਤਮ ਹੋਣੀ, ਲੇਕਿਨ ਜਿਹੜਾ ਉਹਨਾਂ ਦਾ ਤਰੀਕਾ ਵਾਰਦਾਤ ਆ ਉਹਦੇ ਨਾਲ ਉਹਨਾਂ ਨੇ ਹੌਲੀ ਹੌਲੀ ਕਰਕੇ ਖਤਮ ਕਰ ਦੇਣੀ। ਉਹ ਕੀ ਕਰ ਰਹੇ ਆ, ਹੌਲੀ ਹੌਲੀ ਤੁਹਾਡੇ ਲਫ਼ਜ਼ ਵਿੱਚੋਂ ਚੱਕੀ ਜਾਂਦੇ ਆ, ਉਹ ਖਤਮ ਕਰੀ ਜਾਂਦੇ। ਤੁਸੀਂ ਬਹੁਤ ਸਾਰੇ ਆਪਣਾ ਲਫ਼ਜ਼ ਕਦੇ ਆਪਣੇ ਬਜ਼ੁਰਗਾਂ ਤੋਂ ਜਾਂ ਕਿਸੇ ਸਿਆਣੇ ਬੰਦੇ ਤੋਂ ਸੁਣਦੇ ਹੋਏ, ਲੇਕਿਨ ਉਹ ਆਪਣੀ ਅੱਜ ਕੱਲ੍ਹ ਰੋਜ਼ਮਰਾ ਜ਼ਿੰਦਗੀ 'ਚ ਬੋਲੇ ਨਹੀਂ ਜਾਂਦੇ, ਜਿੱਦਾਂ ਆਪਾਂ ਲੋਢਾ ਵੇਲਾ ਕਹਿ ਲਈਏ, ਸ਼ਾਹ ਵੇਲਾ ਕਹਿ ਲਈਏ। ਅਸੀਂ ਸ਼ਹਿਰੀਕਰਨ 'ਚ ਜਦੋਂ ਆ ਗਏ ਆ ਨਾ ਜੀ, ਅਸੀਂ ਨੁਕਸਾਨ ਤਾਂ ਹੁੰਦਾ ਵੇਖੋ ਜੀ, ਕਿਉਂਕਿ ਪੰਜਾਬੀ ਬੋਲੀ ਇੱਕ ਐਵੇਂ ਦੀ ਬੋਲੀ, ਖਾਸੀਅਤ ਵੀ ਹੈਗੀ ਹੈ, ਇਹ ਨਾ ਅੰਗਰੇਜ਼ੀ ਨੂੰ ਵੀ ਅਤੇ ਹਿੰਦੀ ਨੂੰ, ਹਿੰਦੀ ਲਾ ਲਓ ਚਾਹੇ ਉਰਦੂ ਲਾ ਲਓ, ਐਕਸੈਪਟ ਕਰ ਲੈਂਦੀ ਹੈ।
ਬੜੀ ਜਲਦੀ ਵਿੱਚ ਮਿਲ ਜਾਂਦੀ ਹੈ, ਮਰਜ ਹੋ ਜਾਂਦੀ ਹੈ, ਉਹਦਾ ਇਹ ਥੋੜ੍ਹਾ ਜਿਹਾ ਚਾਹੇ ਪਲੱਸ ਪੁਆਇੰਟ ਕਹਿ ਲਓ ਚਾਹੇ ਮਾਈਨਸ ਪੁਆਇੰਟ, ਉਹਦੇ ਵਿੱਚ ਇਹ ਦੇਖੋ ਨਾ ਵੀ ਇੱਕ ਇੱਕ ਕਰਕੇ ਲਫ਼ਜ਼ ਸਾਡਾ ਉਹ ਚੱਕ ਕੇ ਉਹਦੀ ਜਗ੍ਹਾ 'ਤੇ ਨਵਾਂ ਲਫ਼ਜ਼ ਰੱਖਿਆ ਜਾਂਦਾ ਆ, ਉਦੋਂ ਫਿੱਟ ਵੀ ਹੋ ਰਿਹਾ ਆ। ਹਾਂ, ਇਹਦੇ ਨਾਲ ਫਿਰ ਕਿਤੇ ਨਾ ਕਿਤੇ ਜਾ ਕੇ ਅਗਰ ਆਪਾਂ ਇੱਥੇ ਪਹਿਰਾ ਨਾ ਦਿੱਤਾ ਤਾਂ ਪੰਜਾਬੀ ਦੀ ਜਗ੍ਹਾ ਸਾਰੇ ਲਫ਼ਜ਼ ਦੂਜੇ ਆ ਜਾਣੇ ਆ, ਹੁਣ ਆਪਾਂ ਵਰਤ ਵੀ ਰਹੇ ਹਾਂ। ਵੇਖੋ ਜੀ, ਚਾਹੇ ਪੁਰਾਣੀ ਸ਼ੇਖ ਫਰੀਦ ਬਾਬਾ ਸਾਹਿਬ ਦੀ ਗੱਲ ਕਰ ਲਓ ਨਾ, ਉੱਥੋਂ ਤੋਂ ਲੈ ਕੇ ਹੁਣ ਤਾਂ ਭਾਅ ਜੀ ਪੰਜਾਬੀ ਤਾਂ ਬਦਲਦੀ ਆ ਰਹੀ ਹੈ, ਪੰਜਾਬੀ ਤਾਂ ਬਦਲਦੀ ਰਹਿਣੀ ਹੈ, ਪਰ ਪੰਜਾਬੀ ਖਤਮ ਨਹੀਂ ਹੋਣੀ ਚਾਹੀਦੀ। ਠੀਕ ਹੈ, ਕੁਝ ਸ਼ਬਦ ਆ ਗਏ ਨੇ ਪਰ ਸਾਨੂੰ ਆਪਣੇ ਸ਼ਬਦ ਸੰਭਾਲ ਕੇ ਵੀ ਰੱਖਣੇ ਚਾਹੀਦੇ ਨੇ, ਪਰ ਜਿਹੜੇ ਸ਼ਬਦ ਖਤਮ ਹੋਏ ਨੇ ਉਹ ਚੀਜ਼ਾਂ ਵੀ ਤਾਂ ਖਤਮ ਹੋ ਗਈਆਂ ਨਾ। ਅਸੀਂ ਕਿੰਨੇ ਪੜੋਲੇ ਹੁੰਦੇ ਸੀਗੇ, ਅਸੀਂ ਉਹ ਖਤਮ ਕਰ ਲਏ, ਉਹ ਚੀਜ਼ਾਂ ਹੀ ਮੁੱਕ ਗਈਆਂ ਨਾ, ਜਿਹੜੀ ਹਾਲ ਹੁੰਦੇ ਸੀ। ਹਾਂਜੀ, ਅਸੀਂ ਸਾਰਾ ਕੁਛ ਜਿਹੜੀ ਚੀਜ਼ਾਂ ਹੁੰਦੀਆਂ ਸੀ ਸਾਡੀ ਉਹੀ ਖਤਮ ਹੋ ਗਈਆਂ, ਅਤੇ ਉਹ ਚੀਜ਼ ਆਪੇ ਮਾਈਨਸ ਹੋ ਗਈ ਨਾ ਉਹਦੇ ਵਿੱਚੋਂ। ਇਹ ਬੜਾ ਵੱਡਾ ਕਾਰਨ ਹੈਗਾ। ਬਾਕੀ ਇਹ ਹੈ ਕਿ ਆਪਾਂ ਜਿਹੜਾ ਸਾਡਾ ਰਸਮੁਲ ਖਾਤਾ ਕਹਿ ਲੈਂਦੇ ਸ਼ਾਹਮੁਖੀ ਅਤੇ ਗੁਰਮੁਖੀ, ਉਹ ਸਾਨੂੰ ਸਿੱਖਣਾ ਚਾਹੀਦਾ। ਉਹਦੇ ਨਾਲ ਸਾਡਾ ਸਭ ਤੋਂ ਵੱਡਾ ਫਾਇਦਾ ਇਹ ਹੋਣਾ ਕਿ ਅਸੀਂ ਦੋਵੇਂ ਇੱਕ ਦੂਜੇ ਦੇ ਮੁਲਕਾਂ ਦਾ ਅਦਬ ਉਹ ਤੋਂ ਫਾਇਦਾ ਲੈ ਸਕਦੇ ਹਾਂ, ਹਕਮਤ ਤੋਂ ਫਾਇਦਾ ਲੈ ਸਕਦੇ ਹਾਂ। ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ ਪੜੀਆਂ, ਪਰ ਉਹ ਆਪਾਂ ਰਸਮੁਲ ਖਾਦੀ ਵਜ੍ਹਾ ਤੋਂ ਉਹਨੂੰ ਫਾਇਦਾ ਨਹੀਂ ਚੁੱਕ ਸਕਦੇ। ਅਸੀਂ ਆਪਣੇ ਚੈਨਲ ਦੇ ਰਾਹੀਂ ਇਹ ਸਿਲਸਿਲਾ ਸ਼ੁਰੂ ਕੀਤਾ ਸੀ, ਕਲਾਸਾਂ ਵੀ ਲਾਉਂਦੇ ਹੁੰਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਸਾਨੂੰ ਦੋਵਾਂ ਮੁਲਕਾਂ ਨੂੰ ਨਾ ਸਿੱਖਣੀਆਂ ਚਾਹੀਦੀਆਂ। ਬਹੁਤ ਸਾਰੇ ਸਾਡੇ ਕਾਇਦਾ ਵੀ ਛਪ ਰਿਹਾ ਆ, ਅਸੀਂ ਉਹ ਕਾਇਦਾ ਵੀ ਬਣਾ ਰਹੇ ਹਾਂ, ਉਹ ਕਾਇਦੇ ਵਿੱਚ ਦੋਵਾਂ ਚੀਜ਼ਾਂ ਨੂੰ ਇਕੱਠਾ ਕੀਤਾ ਗਿਆ ਆ। ਲੈਂਦੇ ਵਾਲਾ ਉੱਧਰ ਦੀ ਜ਼ਬਾਨ ਸਮਝ ਸਕਦਾ ਆ, ਸਿੱਖ ਸਕਦਾ ਆ, ਚੜ੍ਹਦੇ ਵਾਲਾ ਇੱਧਰ ਵਾਲੀ ਜਿਹੜਾ ਉਹ ਸ਼ਾਹਮੁਖੀ ਆ ਉਹਨੂੰ ਸਿੱਖ ਸਕਦਾ ਆ, ਔਰ ਬਹੁਤ ਬੜਾ ਇਹਦਾ ਮਸਲਾ ਹੱਲ ਹੋ ਜਾਏਗਾ। ਅਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਨੇੜਤਾ ਕਰਨ ਦੀ ਕੋਸ਼ਿਸ਼ ਕਰੀਦੀ ਆ, ਸਾਂਝੇ ਵਪਾਰ ਦੀ ਗੱਲ ਕਰੀਦੀ ਆ, ਅਤੇ ਬਾਕੀ ਅਦਬ ਦੀ ਗੱਲ ਕਰੀਦੀ ਆ। ਇਨਸ਼ਾਅੱਲਾ ਇਸੇ ਤਰ੍ਹਾਂ ਹੀ ਇਹ ਜਿਹੜੇ ਸਿਲਸਿਲੇ ਜਾਰੀ ਰਹਿਣਗੇ ਸਾਡੇ ਨਾਲ। ਬਾਈ ਹੁਣਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਇਹ ਗੱਲਾਂ ਕਰਨ ਦਾ ਮਕਸਦ ਇਹ ਹੁੰਦਾ ਵੀ ਕਈ ਵਾਰੀ ਬੰਦੇ ਦੇ ਦਿਮਾਗ 'ਚੋਂ ਚੀਜ਼ਾਂ ਨਹੀਂ ਹੁੰਦੀਆਂ, ਉਹ ਜਦੋਂ ਬੰਦਾ ਸੁਣਦਾ ਨਾ ਤਾਂ ਫਿਰ ਉਹਦੇ ਅੰਦਰ ਇੱਕ ਘੰਟੀ ਵੱਜਦੀ ਕਿ ਨਹੀਂ ਸਾਨੂੰ ਇਹਨਾਂ ਚੀਜ਼ਾਂ 'ਤੇ ਐਕਟਿਵ ਹੋਣਾ ਚਾਹੀਦਾ ਆ, ਸਾਨੂੰ ਐਕਸ਼ਨ ਲੈਣਾ ਚਾਹੀਦਾ ਆ। ਉਹ ਐਕਸ਼ਨ ਕੀ ਹੈ ਕਿ ਆਪਣੇ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਪੰਜਾਬੀ ਬੋਲੋ, ਖਾਲਸ ਪੰਜਾਬੀ ਬੋਲੋ, ਬਾਹਰੋਂ ਕਿਸੇ ਨੇ ਨਹੀਂ ਸਿਖਾਉਣੀ ਹੈਗੀ, ਕਿਸੇ ਸਕੂਲ ਨੇ ਨਹੀਂ ਸਿਖਾਉਣੀ, ਉਹਨਾਂ ਨੂੰ ਕੀ ਤਕਲੀਫ ਆ, ਉਹ ਉਰਦੂ ਜਾਂ ਹਿੰਦੀ ਜਾਂ ਇੰਗਲਿਸ਼ ਜਿਹੜਾ ਉੱਥੇ ਲਾ ਰਹੇ ਬੱਚਿਆਂ ਨੂੰ। ਬਹਰਹਾਲ ਮਾਂ ਬੋਲੀ ਵੀ ਇਸੇ ਕਰਕੇ ਕਿਹਾ ਗਿਆ ਆ ਕਿ ਇਹ ਆਪਾਂ ਘਰੋਂ ਸਿੱਖਣੀ ਆ, ਮਾਂ ਨੇ ਸਿਖਾਉਣੀ ਆ, ਅਤੇ ਮਾਂ ਦੇ ਨਾਲ ਨਾਲ ਜਿਹੜੇ ਬਾਕੀ ਫੈਮਿਲੀ ਮੈਂਬਰ ਆ ਜਿਹੜੇ ਟੱਬਰ ਦੇ ਵਿੱਚ ਰਹਿੰਦੇ ਆ, ਉਹਨਾਂ ਦਾ ਵੀ ਇਹ ਹੱਕ ਬਣਦਾ ਆ, ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਹ ਆਪਣੇ ਬੱਚਿਆਂ ਨੂੰ ਸਿਖਾਈ ਜਾਵੇ ਜੀ। ਬਿਲਕੁਲ ਇਸੇ ਤਰ੍ਹਾਂ ਹੀ ਮਿਲਦੇ ਜੁਲਦੇ ਪ੍ਰੋਗਰਾਮ ਜਿਹੜੇ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ। ਰੱਬ ਰਾਖਾ।